ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਪੰਜਾਬ ਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਲਗਭਗ 4 ਵਿਧਾਨ ਸਭਾ ਹਲਕਾਂ ਵਿੱਚ ਚੋਣਾਂ ਹੋਣੀਆਂ ਤੈਅ ਨੇ। ਪੰਜਾਬ ਵਿਧਾਨ ਸਭਾ ਦੀਆਂ ਇਹ ਚੋਣਾਂ ਹਰਿਆਣਾ ਦੀਆਂ ਚੋਣਾਂ ਦੇ ਨਾਲ ਹੋ ਸਕਦੀਆਂ ਨੇ। ਵਿਧਾਨ ਸਭਾ ਦੇ ਸਪੀਕਰ ਨੇ ਦੱਸਿਆ ਕਿ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਆਪਣੀ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਐਮ ਪੀ ਬਣ ਚੁੱਕੇ ਨੇ, ਜਦਕਿ ਫਗਵਾੜਾ ਦੀ ਸੀਟ ਤੋਂ ਵਿਧਾਇਕ ਰਹਿ ਚੁੱਕੇ ਸੋਮ ਪ੍ਰਕਾਸ਼ ਹੁਣ ਹੁਸ਼ਿਆਰਪੁਰ ਤੋਂ ਐਮ ਪੀ ਬਣ ਚੁੱਕੇ ਨੇ। ਤੁਹਾਨੂੰ ਦੱਸ ਦੇ ਕਿ ਹਲਕਾ ਦਾਖੋ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫਾ ਸਵੀਕਾਰ ਹੋਣ ਕਰਕੇ ਸੀਟ ਵੀ ਖਾਲੀ ਹੋ ਚੁੱਕੀ ਹੈ, ਜਦਕਿ ਮਕੇਰੀਆ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਦੀ ਸੀਟ ਖਾਲੀ ਹੋਈ ਹੈ। ਉਮੀਦ ਇਹ ਜਤਾਈ ਜਾ ਰਹੀ ਹੈ ਕਿ ਅਕਤੂਬਰ ਦੇ ਮਹੀਨੇ ਹੋਣ ਵਾਲੀਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ, ਜਿਸ ਨਾਲ ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਤੋਂ ਗਰਮਾ ਸਕਦਾ, ਪੰਜਾਬ ਦੀ ਸਿਆਸਤ ਵੀ ਸਰਗਰਮ ਹੋ ਸਕਦੀ ਹੈ। ਚਾਰ ਸੀਟਾਂ ਨੇ ਇਹਦੇ ਬਾਰੇ ਬਹੁਤ ਵਾਰ ਮੀਡੀਆ 'ਚ ਆ ਚੁੱਕਿਆ, ਪ੍ਰਿੰਟ 'ਚ ਵੀ, ਇਲੈਕਟ੍ਰੋਨਿਕ ਦੇ ਵਿੱਚ ਵੀ। ਇੱਕ ਸੀਟ ਸਾਡੀ ਮਕੇਰੀਆਂ ਹੈ, ਜਿੱਥੇ ਸਾਡੇ ਜਿਹੜੇ ਵਿਧਾਇਕ ਸੀ ਉਹਨਾਂ ਦਾ ਪਿਛਲੇ ਦਿਨਾਂ 'ਚ ਨਿਧਨ ਹੋ ਗਿਆ। ਦੂਜੀ ਸੀਟ ਫਗਵਾੜਾ ਹੈ, ਜਿੱਥੋਂ ਸੋਮ ਪ੍ਰਕਾਸ਼ ਜੀ ਜਿੱਤ ਕੇ ਗਏ ਹੈ। ਤੀਜੀ ਸੀਟ ਜਲਾਲਾਬਾਦ ਦੀ ਹੈ, ਜਿੱਥੋਂ ਸਰਦਾਰ ਸੁਖਬੀਰ ਸਿੰਘ ਜਿੱਤੇ ਹੈ। ਚੌਥੀ ਸੀਟ ਦਾਖਾ ਦੀ ਹੈ, ਜਿੱਥੋਂ ਫੂਲਕਾ ਸਾਹਿਬ ਨੇ ਅਸਤੀਫਾ ਦਿੱਤਾ। ਇਹਨਾਂ ਚਾਰਾਂ ਸੀਟਾਂ ਬਾਰੇ ਅਸੀਂ ਲਿਖ ਕੇ ਇਲੈਕਸ਼ਨ ਕਮਿਸ਼ਨ ਨੂੰ ਇਤਲਾਹ ਦੇ ਚੁੱਕੇ ਹੈ ਅਤੇ ਹੁਣ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਸੀਟਾਂ 'ਤੇ ਇਲੈਕਸ਼ਨ ਦਾ ਐਲਾਨ ਕਰਨਾ ਹੈ। ਇਸ ਤੋਂ ਇਲਾਵਾ ਵੀ ਕਿਹਾ ਸਰ ਕੁਛ ਹੋਰ ਸੀਟਾਂ ਨਹੀਂ? ਅਜੇ ਕੁਛ ਨਹੀਂ, ਇਹਦੇ ਇਸ ਤੋਂ ਇਲਾਵਾ ਅਜੇ ਕੁਛ ਨਹੀਂ, ਅਜੇ ਕਿਸੇ ਸੀਟ 'ਤੇ ਅਜੇ ਕੁਛ ਨਹੀਂ। ਸਰ ਕੁਛ ਜਿਹੜੇ ਮਾਮਲੇ ਜਿਨ੍ਹਾਂ 'ਤੇ ਚੱਲ ਰਹੇ ਨੇ ਵਿਧਾਇਕਾਂ ਦੇ, ਲੈ ਕੇ ਬੱਤੀਆਂ ਆਈਆਂ ਹੋਈਆਂ ਨੇ, ਚਾਹੇ ਖਹਿਰਾ ਹੋਵੇ ਜਾਂ ਹੋਰ ਹੋਵੇ, ਕਿਆ ਉਹਨਾਂ 'ਤੇ ਸੁਣਵਾਈ ਚੱਲ ਰਹੀ ਹੈ? ਕਿਆ ਕੋਈ ਜਵਾਬ ਆਇਆ ਸਰ? ਨਹੀਂ, ਸੁਣਵਾਈ ਚੱਲ ਰਹੀ ਹੈ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।